ਤੁਸੀਂ ਵੇਖ ਰਹੇ ਹੋ ਨੀਲੀ ਬ੍ਰਾਂਡ ਟੀਵੀ ਅਤੇ ਮੈਂ ਤੁਹਾਡਾ ਮੇਜ਼ਬਾਨ ਸਜਾਦ ਅਖਤਰ। ਦੋਸਤੋ ਸਭ ਤੋਂ ਪਹਿਲੇ ਆਪਣੇ ਚੈਨਲ ਕਰੋ ਸਬਸਕ੍ਰਾਈਬ ਔਰ ਨਾਲ ਹੀ ਲੱਗੇ ਬੈਲ ਆਈਕੋਨ ਦੇ ਬਟਨ ਕਰੋ ਪ੍ਰੈਸ ਤੱਕ ਸਾਡੀ ਨਵੀਂ ਔਰ ਬਿਹਤਰੀਨ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਮੇਰੇ ਵੀਰਾਂ ਭਰਾਵਾਂ ਤੱਕ ਬਆਸਾਨੀ। ਔਰ ਵੀਡੀਓ ਵੇਖੋ ਸਭ ਤੋਂ ਪਹਿਲੇ ਅੱਜ ਭਰਾਵਾਂ ਵਾਸਤੇ ਜਨਾਬ ਤੀਸਰਾ ਸੁਬਾਹ ਸੂਈ ਮੱਝ ਉਸ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ। ਉਮੀਦ ਹੈ ਦੋਸਤਾਂ ਵੀਰਾਂ ਨੂੰ ਪਸੰਦ ਆਵੇਗੀ। ਪਹਿਲੇ ਜਨਾਬ ਮੱਝ ਦੀਆਂ ਤਸੱਲੀਆਂ ਕਰਾਉਂਦੇ ਹਾਂ, ਫਿਰ ਮਾਲਕਾਂ ਨਾਲ ਇਸ ਦੀ ਜੋ ਵੀ ਗੱਲਬਾਤ ਹੈ ਕਰਾਂਗੇ। ਮਾਸ਼ਾਅੱਲਾ ਮੱਝ ਦਾ ਪੂਰਾ ਕੱਦ ਬਹੁਤ ਮਾਸ਼ਾਅੱਲਾ ਵੇਖ ਸਕਦੇ ਹੋ। ਲਿਬਾਸ ਹੈ ਇਸਦਾ, ਵੀਰਾਂ ਦੀ ਨਜ਼ਰ ਦੇ ਸਾਹਮਣੇ ਚੈੱਕ ਕਰ ਸਕਦੇ ਹੋ। ਹਰ ਇੱਕ ਚੀਜ਼ ਦੀ ਤਸੱਲੀ ਗਰੰਟੀ ਮਾਲਕ ਆਪਾਂ ਨੂੰ ਦੇਣਗੇ। ਧੁੰਨੀ ਤੋਂ ਲੈ ਕੇ ਆਸਾਰ ਤੱਕ ਹਵਾਨਾ ਵੀਰ ਵੇਖ ਸਕਦੇ ਨੇ। ਪਿਛਲੇ ਖੁਰ ਦੋਵੇਂ ਸਫੇਦ ਨੇ, ਇੱਕ ਕੱਢੀ ਕੁਹਾੜੇ ਤਰ੍ਹਾਂ ਉੱਚੀ, ਗਿੱਠ ਤੋਂ ਚੌੜਾ ਖੁੱਡਾ ਜਿਹਨਾਂ ਬਰੀਕ ਧਾਗੇ ਤਰ੍ਹਾਂ ਪੂਛਲ। ਵੀਰਾਂ ਦੇ ਸਾਹਮਣੇ ਚਾਰੇ ਅੱਡੀਆਂ ਇੱਕੋ ਜਿਹੀਆਂ, ਮਾਸ਼ਾਅੱਲਾ ਚੋਕੜਾ ਵੇਖ ਸਕਦੇ ਇਸਦਾ। ਖੱਬਾ ਚੀਨ ਲੱਥਿਆ ਜਨਾਬ, ਸਿੰਘ ਮੋੜ ਕੇ ਕਾਠਾ ਚਲਾਏ ਨੇ, ਚਿੱਟੀ ਸਫੈਦ ਅੱਖ, ਜਿਸ ਤਰੀਕੇ ਕਿ ਨਰਜੀ ਸੇਵਰ ਬਲਬ ਮੱਚ ਰਿਹਾ ਵੀਰਾਂ ਦੇ ਸਾਹਮਣੇ, ਮਾਸ਼ਾਅੱਲਾ ਚੈੱਕ ਕਰ ਸਕਦੇ ਹੋ ਇਸਨੂੰ। ਚਾਰ ਸ਼ਫੇਰੋਂ ਤਸੱਲੀਆਂ ਕਰਾਵਾਂਗੇ। ਥਣਾਂ ਦੀ ਲੋਕੇਸ਼ਨ ਮਾਸ਼ਾਅੱਲਾ ਮਰਲੇ ਮਰਲੇ 'ਤੇ ਪਈ ਹੈ, ਮੁੱਠ ਪਰ ਥਣ ਪੂਰੀ ਲੋਕੇਸ਼ਨ 'ਤੇ ਛੋਟੀ ਵੱਖੀ ਵੀਰ ਵੇਖ ਸਕਦੇ ਨੇ। ਕੋਈ ਜਨਾਬ ਪੈੜਾ ਤੰਗ ਕਰਕੇ ਨਹੀਂ, ਜੋ ਕੁਛ ਹੈ ਤੁਹਾਡੇ ਸਾਹਮਣੇ ਰਿਜਨਲ ਖੜੀ ਹੈ ਜਨਾਬ ਵੀਰਾਂ ਦੇ ਸਾਹਮਣੇ। ਤਸੱਲੀਆਂ ਹਰ ਇੱਕ ਚੀਜ਼ ਦੀ ਗਰੰਟੀ ਜਨਾਬ। ਪਿੱਛੇ ਇਸ ਦੇ ਕੱਟੀਏ, ਇਹ ਮਾਲਕਾਂ ਕੋਲੋਂ ਪੁੱਛਾਂਗੇ ਕਿ ਕਿੰਨੇ ਦਿਨ ਹੋ ਗਏ ਇਸ ਨੂੰ ਸੂਈ ਨੂੰ, ਇਹ ਕਿੰਨਾ ਦੁੱਧ ਦਿੰਦੇ ਕੋਲ। ਲੋਕੇਸ਼ਨ ਸਾਡੀ ਜ਼ਿਲ੍ਹਾ ਪਾਕਪਤਨ, ਤਹਿਸੀਲ ਆਰਫ ਵਾਲਾ, ਖਾਸ ਲੋਕੇਸ਼ਨ ਸਾਡੀ ਆਰਫ ਵਾਲੇ ਦੀ ਜਨਾਬ। ਮਾਸ਼ਾਅੱਲਾ ਇਸ ਦੀ ਲੰਬਾਈ ਵੇਖ ਸਕਦੇ ਹੋ, ਬਰੀਕ ਧੋਣ। ਮਾਸ਼ਾਅੱਲਾ ਕੰਨ ਵੇਖ ਸਕਦੇ ਹੋ, ਦੋ ਦੋ ਗਿੱਠਾਂ ਲੰਮੇ, ਬਿਲਕੁਲ ਬਰੀਕ ਬੂਥੀ ਵੀਰਾਂ ਦੇ ਸਾਹਮਣੇ। ਪਿਓਰ ਨੀਲੀ ਦਾ ਤੋਹਫਾ ਹੈ। ਧੁੰਨੀ ਕੌੜੀ ਤੋਂ ਪਾ ਕੇ ਮਾਸ਼ਾਅੱਲਾ ਕੱਦ ਇਸ ਦਾ ਵੇਖ ਸਕਦੇ ਹੋ, ਮੱਥੇ ਜਿੱਡਾ ਉੱਚਾ। ਇਹਨੂੰ ਭਜਨ ਤੋਂ ਟੁਰੇ ਥੋੜ੍ਹੇ ਜਿਹੇ, ਮਾਸ਼ਾਅੱਲਾ ਟੁਰਦੀ ਫਿਰਦੀ ਵੀਰਾਂ ਦੇ ਸਾਹਮਣੇ ਚੈੱਕ ਕਰ ਸਕਦੇ ਹੋ। 16 ਆਨੇ, ਕਿਸੇ ਕਿਸਮ ਦੇ ਇਹਦੇ ਟੁਰਨ ਫਿਰਨ ਦੇ ਵਿੱਚ ਕੋਈ ਐਬ ਨਹੀਂ। ਮਾਸ਼ਾਅੱਲਾ ਚੈੱਕ ਕਰ ਸਕਦੇ ਹੋ, ਪਿਓਰ ਨੀਲੀ ਦਾ ਤੋਹਫਾ ਵੀਰਾਂ ਵਾਸਤੇ ਲੈ ਕੇ ਅਸੀਂ ਹਾਜ਼ਰ ਹੋਏ ਹਾਂ। ਹਵਾਨੇ 'ਤੇ ਸਫੈਦ ਲਕੀਰ, ਚਾਰ ਸ਼ਫੇਰੇ ਆ ਰਹੀ ਜਨਾਬ, ਇਹ ਵੀਰ ਵੇਖ ਸਕਦੇ ਨੇ। ਫੁੱਲ ਬਰੀਕੀਆਂ, ਪੱਧਰ ਚੋਟੀ ਚੈੱਕ ਕਰ ਸਕਦੇ ਹੋ। ਪਿੱਛੇ ਇਸਦੇ ਜਿਹੜਾ ਬੱਚਾ ਹੈ ਉਹ ਵੀ ਅਸੀਂ ਤੁਹਾਨੂੰ ਵਿਖਾਉਂਦੇ ਹਾਂ। ਇਹ ਜਨਾਬ ਇਸ ਦੇ ਪਿੱਛੇ ਕੱਟੀ ਹੈ, ਇਹ ਕੱਟੀ ਜਨਾਬ ਇਸ ਦੇ ਪਿੱਛੇ ਕੱਟੀ ਦੀਆਂ ਚਿੱਟੀ ਸਫੈਦ ਅੱਖ, ਮੱਥੇ 'ਚ ਛੋਟੀ ਜਿਹੀ ਸਫੈਦ ਫੁੱਲੀ ਹੈ। ਇਹ ਜਨਾਬ ਮੱਝ 'ਤੇ ਵਾਪਸ ਆ ਗਏ ਹਾਂ, ਮਾਲਕਾਂ ਕੋਲ ਇਹਦਾ ਪੁੱਛਾਂਗੇ ਅਸੀਂ ਹੁਣ ਕੀ ਇਸਦਾ ਹਿਸਾਬ ਕਿਤਾਬ ਹੈ। ਆਹ ਭਾਈ ਜਾਨ ਇਹਦਾ ਦੱਸੋ ਸਾਨੂੰ। ਅੱਛਾ ਭਾਈ ਜਾਨ, ਜਿਹੜੀ ਆਪਾਂ ਮੱਝ ਵਿਖਾ ਰਹੇ ਹਾਂ ਜੀ ਜੀ, ਕਿੰਨਵਾਂ ਸੁਬਾਹ ਸੂਈ? ਇਹ ਤੀਸਰਾ ਸੁਬਾਹ ਸੂਈ, ਜੈਨ ਓਰਿਜਨਲ ਤੀਸਰਾ ਸੁਬਾਹ, ਗਰੰਟੀਆਂ ਦਾ, ਗਰੰਟੀਆਂ ਦਾ।
ਕਿੰਨੇ ਦਿਨ ਹੋ ਗਏ ਸੂਈ ਨੂੰ ਜਨਾਬ? ਹੋ ਗਏ ਤਕਰੀਬਨ 7-8 ਦਿਨ। 7-8 ਦਿਨ ਲਾ ਲਾ, 10 ਦਿਨ ਲਾ ਲਾ, 7-8 ਦਿਨ ਲਾ ਲਾ, ਠੀਕ ਹੋ ਗਿਆ ਜਨਾਬ। ਇਸ ਕੋਲ ਹਾਜ਼ਰ ਮੌਕੇ ਦੁੱਧ ਕਿੰਨਾ ਹੈਗਾ? 10 ਲੀਟਰ। 10 ਲੀਟਰ ਸਾਰਾ, ਦੋ ਟਾਈਮ ਦਾ? ਦੋ ਟਾਈਮ। ਬੱਚੇ ਨੂੰ ਛੱਡ ਕੇ ਜਾਂ ਸਾਰਾ? ਬੱਚੇ ਤੋਂ ਬਗੈਰ। ਬੱਚੇ ਤੋਂ ਬਗੈਰ ਸਾਰਾ ਦੁੱਧ? ਕੂੜ 'ਚ ਫਾਇਦਾ ਨਹੀਂ ਹੁੰਦਾ। ਠੀਕ ਹੋ ਗਿਆ ਜਨਾਬ, ਸਾਰਾ ਦੁੱਧ 10 ਲੀਟਰ। ਗੰਢ ਦੇ ਵਿੱਚ, ਥਣਾਂ ਦੇ ਵਿੱਚ ਗੰਢ ਮਰੋੜੀ, ਬਿਲਕੁਲ ਫੁਹਾਰ ਛੱਟਾ, ਹਰ ਸ਼ਾਇਦ ਆਪਣੀ ਗਰੰਟੀ ਪਿੱਛੇ ਦੀ, ਫੁਹਾਰ ਦੀ, ਗੰਢ ਮਰੋੜੀ ਦੀ? ਠੀਕ ਹੋ ਗਿਆ। ਦੁੱਧ ਤਾਂ ਕੋਈ ਪਾਇਆ ਵਾਧ ਘੱਟ ਹੋ ਜਾਂਦਾ, ਉਹ ਤਾਂ ਵਾਧਾ ਘੱਟਾ ਹੁੰਦਾ ਰਹਿੰਦਾ, ਲੇਕਿਨ ਆਪਣੀ ਗਰੰਟੀ ਹੈ ਜੀ। ਠੀਕ ਹੋ ਗਿਆ ਜੀ, ਖਾਲ ਨਹੀਂ ਵੰਡਾ ਨਹੀਂ। ਇਸ ਦੀ ਜਿਹੜੀ ਪਿਆਰ ਮੁਹੱਬਤ ਵਾਲੀ ਡਿਮਾਂਡ ਹੈ, ਜਿਹੜੇ ਆਪਾਂ ਪੈਸੇ ਲੈਣੇ ਨੇ ਇਹਦਾ, ਬਾਈ ਸਜਾਦ ਮੁੱਲ ਤਾਂ ਕਿਵੇਂ ਮਰਜ਼ੀ ਕੀਤੀ ਜਾਈਏ, ਆਪਾਂ 380,000 ਹੀ ਦੇ ਦਿਆਂ। 380,000 ਦੀ ਦੇ ਦਾਂਗੇ, ਮੁੱਲ ਜਿਵੇਂ ਮਰਜ਼ੀ ਕਰ ਦੇ ਰਹੀ, ਅਗਰ ਕੋਈ ਦੂਰੋਂ ਵੀਰ ਭਰਾ ਚੱਲ ਕੇ ਆਉਂਦਾ, ਕੋਈ ਪਿਆਰ ਮੁਹੱਬਤ ਹੋ ਜਾਏਗੀ। ਠੀਕ ਹੋ ਗਿਆ ਜੀ, ਤੁਹਾਡਾ ਵੀਰ ਹੈ, ਸਾਡਾ ਵੀਰ ਹੈ, ਮਿਹਨਤ ਕਰ। ਹਾਂ ਜੀ ਬਿਲਕੁਲ ਜੀ ਬਿਲਕੁਲ, ਆਪਾਂ ਔਨਲਾਈਨ ਬਾਈ ਲੈਣਾ ਚਾਹੀਦਾ, ਆਪਾਂ ਗਰੰਟੀ ਦੇ ਸਕਦੇ ਹਾਂ, ਸ਼ਫਕਤ ਕਰ ਲਾਂ। ਠੀਕ ਹੋ ਗਿਆ ਜਨਾਬ, ਕੋਈ ਵੀਰ ਭਰਾ ਔਨਲਾਈਨ ਵੀ ਲਵੇ ਤਾਂ ਉਹਦੀ ਵੀ ਗਰੰਟੀ ਹੈ, ਸ਼ਫਕਤ ਵੀ ਹੋ ਜਾਏਗਾ, ਖੁਸੂਸੀ ਪਿਆਰ ਮੁਹੱਬਤ ਹੋਵੇਗਾ ਇਨਸ਼ਾਅੱਲਾ ਜੀ। ਦੋਸਤੋ, ਮਾਲਕਾਂ ਦੀ ਗੱਲਾਂ ਸੁਣ ਲਈਆਂ, 380,000 ਇਸ ਦੀ ਡਿਮਾਂਡ ਹੈ। ਸਾਡਾ ਰਾਬਤਾ ਨੰਬਰ 0304-5544-153, 0304-5544-153 ਸਾਡਾ ਵਟਸਐਪ 'ਤੇ ਕਾਲ ਨੰਬਰ ਹੈ। ਇਸੇ ਤਰ੍ਹਾਂ ਵੀਰਾਂ ਵਾਸਤੇ ਇੱਕ ਨਵੀਂ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ। ਆਪਣੇ ਮੇਜ਼ਬਾਨ ਸਜਾਦ ਅਖਤਰ ਨੂੰ ਇਜਾਜ਼ਤ, ਅੱਲਾ ਹਾਫਿਜ਼, ਪਾਕਿਸਤਾਨ ਜ਼ਿੰਦਾਬਾਦ।